ਹਾਈ ਐਵਰੀਵਨ, ਵੈਲਕਮ ਟੂ ਦਿਸ ਚੈਨਲ। ਫਰੈਂਡਸ, ਅੱਜ ਜੋ ਪੀਟੈਟ ਦਾ ਐਗਜ਼ਾਮ ਹੋਇਆ ਹੈ ਉਹਦੀ ਜੋ ਸੋਲਿਊਸ਼ਨਸ ਨੇ ਪੰਜਾਬੀ ਵਾਲੇ ਸੈਕਸ਼ਨ ਦੇ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਸੋ ਜੀ, ਦੇਖ ਲੈਣਾ ਤੁਹਾਡੇ ਕੋਲ ਕਿਹੜਾ ਕੋਡ ਹੈ। ਵੈਸੇ ਇਹਦੇ ਤਾਂ ਕੁਸ਼ਚਨ ਸੇਮ ਹੀ ਹੋਣਗੇ। ਫਸਟ ਕੁਸ਼ਚਨ ਜੋ ਹੈ ਇੱਥੇ ਮੇਰੇ ਕੋਲ, ਦੈਟ ਇਜ਼ ਲੰਡਨ ਦਾ ਅੰਮ੍ਰਿਤ ਵੇਲਾ ਕਿਹੜਾ ਹੈ। ਪੈਰਾਗ੍ਰਾਫ ਦੇ ਅਕੋਰਡਿੰਗ ਉਹਦਾ ਆਂਸਰ ਆਉਣਾ ਸੀ ਸੀ, ਕੋਈ ਨਹੀਂ। ਠੀਕ ਹੈ ਜੀ। ਨੈਕਸਟ ਹੈ, ਲੰਡਨ ਦੇ ਲੋਕ ਕਿਸ ਕਰਕੇ ਸਵੇਰੇ ਉੱਠਦੇ ਹਨ। ਤਾਂ ਜੀ ਇਹਦਾ ਰਾਈਟ ਆਂਸਰ ਆਉਣਾ ਸੀ ਕੰਮ ਕਰਨ ਲਈ। ਹਿੰਦੀਆਂ ਦੀ ਜ਼ਿੰਦਗੀ ਦਾ ਵਿਸ਼ੇਸ਼ ਚਿੰਨ੍ਹ ਕਿਹੜਾ ਹੈ। ਇਹਦਾ ਰਾਈਟ ਆਂਸਰ ਸੀ ਜੀ, ਨਿੰਦਰਾ ਤਿਆਗ ਕੇ ਰੱਬ ਦਾ ਨਾਮ ਜਪਣਾ। ਨੈਕਸਟ ਇਜ਼, ਲੰਡਨ ਵਿੱਚ ਸੂਰਜ ਚੜ੍ਹਨ ਤੋਂ ਬਾਅਦ ਕੁਝ ਸਮਾਂ ਕਿਹੋ ਜਿਹਾ ਮਾਹੌਲ ਰਹਿੰਦਾ ਹੈ। ਤਾਂ ਇਹਦਾ ਆਂਸਰ ਆਉਣਾ ਸੀ ਬੀ, ਸ਼ਮਸ਼ਾਨ ਭੂਮੀ ਵਾਲੀ ਚੁੱਪ ਵਰਤ ਜਾਂਦੀ ਹੈ। ਨੈਕਸਟ ਹੈ ਜੀ, ਘਰ ਵਿੱਚ ਅਖਬਾਰਾਂ ਕੌਣ ਸੁੱਟ ਕੇ ਜਾਂਦੇ ਹਨ। ਤਾਂ ਇਹਦਾ ਰਾਈਟ ਆਂਸਰ ਆਉਣਾ ਸੀ ਨਿੱਕੇ ਨਿੱਕੇ ਮੁੰਡੇ। ਨੈਕਸਟ ਹੈ ਜੀ, ਲੇਖਕ ਕੀ ਕਹਿਣਾ ਚਾਹੁੰਦਾ ਹੈ। ਲੇਖਕ ਦੇ ਅਕੋਰਡਿੰਗ ਜੋ ਇਸਦਾ ਸਾਰ ਹੈ ਪੈਰੇ ਦਾ, ਦੈਟ ਇਜ਼ ਅੰਮ੍ਰਿਤ ਵੇਲੇ ਉੱਠਣ ਨੂੰ ਕਹਿੰਦਾ ਹੈ। ਨੈਕਸਟ ਹੈ ਜੀ, ਅਸੀਂ ਸਫਲਤਾ ਹਾਸਲ ਕਰਨ ਲਈ ਕਿਸ ਵਿੱਚ ਵਿਸ਼ਵਾਸ ਰੱਖਦੇ ਹਾਂ। ਤਾਂ ਇਹਦਾ ਰਾਈਟ ਆਂਸਰ ਆਉਣਾ ਸੀ ਬੀ, ਰੱਬ ਅੱਗੇ ਪ੍ਰਾਰਥਨਾ ਵਿੱਚ। ਨੈਕਸਟ ਹੈ, ਲੰਡਨ ਦੇ ਲੋਕ ਸਫਲਤਾ ਹਾਸਲ ਕਰਨ ਲਈ ਕਿਸ ਵਿੱਚ ਵਿਸ਼ਵਾਸ ਰੱਖਦੇ ਹਨ। ਤਾਂ ਇਹਦਾ ਵੀ ਰਾਈਟ ਆਂਸਰ ਸੀ ਬੀ, ਬਲ ਅਤੇ ਸ਼ਕਤੀ। ਨੈਕਸਟ ਹੈ, ਬੱਚਿਆਂ ਦੇ ਵਿਕਾਸ ਅਤੇ ਨਿਰਮਾਣ ਦਾ ਕੰਮ ਹੈ। ਤਾਂ ਇਹਦਾ ਰਾਈਟ ਆਂਸਰ ਸੀ ਡੀ, ਪਰਿਵਾਰ ਅਤੇ ਅਧਿਆਪਕ ਦੋਨਾਂ ਦਾ। ਠੀਕ ਹੈ ਜੀ। ਨੈਕਸਟ ਸੀ, ਅਧਿਆਪਕ ਬਣਨ ਲਈ ਜ਼ਰੂਰੀ ਹੈ। ਤਾਂ ਇਹਦਾ ਰਾਈਟ ਆਂਸਰ ਸੀ ਡੀ, ਉਪਰੋਕਤ ਸਾਰੇ ਟ੍ਰੇਨਿੰਗ, ਮਨੋਵਿਗਿਆਨ ਦੀ ਜਾਣਕਾਰੀ, ਲੋੜੀਂਦੀ ਵਿੱਦਿਅਕ ਯੋਗਤਾ, ਤਿੰਨੋਂ ਚੀਜ਼ਾਂ ਹੀ ਬਹੁਤ ਇੰਪੋਰਟੈਂਟ ਨੇ। ਨੈਕਸਟ ਹੈ ਜੀ, ਸਿੱਖਿਆ ਦਾ ਮੁੱਖ ਉਦੇਸ਼ ਹੈ ਵਿਦਿਆਰਥੀ ਨੂੰ। ਇਹਦਾ ਜੀ ਰਾਈਟ ਆਂਸਰ ਆਉਣਾ ਚਾਹੀਦਾ ਵਿਵੇਕ ਸਿਖਾਉਣਾ। ਠੀਕ ਹੈ ਜੀ। ਅਨੁਸ਼ਾਸਨ ਵਿੱਚ ਰਹਿਣਾ ਸਿਖਾਉਣਾ ਜੋ ਹੈ ਮੁੱਖ ਉਦੇਸ਼ ਨਹੀਂ ਹੈ। ਤਾਂ ਜੀ ਇਹਦਾ ਰਾਈਟ ਆਂਸਰ ਆਏਗਾ ਵਿਵੇਕ ਸਿਖਾਉਣਾ। ਨੈਕਸਟ ਹੈ, ਬੱਚੇ ਵਿੱਚ ਭਾਸ਼ਾ ਦਾ ਵਿਕਾਸ, ਇਹਦਾ ਰਾਈਟ ਆਂਸਰ ਹੈ ਇਹ ਕੁਝ ਹੱਦ ਤੱਕ ਜਨਮ ਤੋਂ ਹੀ ਹੁੰਦਾ ਹੈ। ਨੈਕਸਟ ਹੈ, ਸਭ ਤੋਂ ਪਹਿਲਾਂ ਬੱਚਾ ਕਿਸ ਦੇ ਸੰਪਰਕ ਵਿੱਚ ਆਉਂਦਾ ਹੈ। ਤਾਂ ਇਹਦਾ ਰਾਈਟ ਆਂਸਰ ਹੈ ਏ, ਪਰਿਵਾਰ। ਨੈਕਸਟ ਹੈ, ਵਿਅੰਜਨ ਦੇ ਦੋਹਰੇ ਉਚਾਰਨ ਲਈ ਕੀ ਵਰਤਿਆ ਜਾਂਦਾ ਹੈ। ਤਾਂ ਜੀ ਇਹਦੇ ਵਿੱਚ ਆਮ ਕਨਫਿਊਜ਼ਡ ਬਿਟਵੀਨ ਬਿੰਦੀ ਅਤੇ ਸੁਹਾਰੀ ਦੇ ਵਿੱਚ ਮੈਨੂੰ ਕਨਫਿਊਜ਼ਨ ਹੈ। ਠੀਕ ਹੈ ਜੀ। ਸੋ ਵੇਟ ਕਰਦੇ ਹਾਂ ਓਫੀਸ਼ੀਅਲ ਆਂਸਰ ਕੀ ਦਾ। ਨੈਕਸਟ ਹੈ, ਸੰਚਾਰ ਮਾਧਿਅਮ ਤੇਜ਼ ਹੁੰਦਾ ਹੈ। ਤਾਂ ਇਹਦਾ ਰਾਈਟ ਆਂਸਰ ਸੀ ਏ, ਵਿਚਾਰ ਵਟਾਂਦਰੇ ਨਾਲ। ਨੈਕਸਟ ਹੈ ਜੀ, ਪੰਜਾਬ ਦੀ ਉਪ ਬੋਲੀ ਮਾਝੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ। ਤਾਂ ਇਹਦਾ ਰਾਈਟ ਆਂਸਰ ਆਉਣਾ ਸੀ ਜੀ ਗੁਰਦਾਸਪੁਰ, ਅੰਮ੍ਰਿਤਸਰ, ਪੱਟੀ, ਯਾਨੀ ਕਿ ਮਾਝੇ ਵਾਲਾ ਜਿੰਨਾ ਵੀ ਏਰੀਆ ਹੈ। ਜਿਨ੍ਹਾਂ ਨੇ ਮੇਰੀਆਂ ਪ੍ਰੀਵੀਅਸ ਵੀਡੀਓਜ਼ ਦੇਖੀਆਂ ਹੋਣਗੀਆਂ, ਇੱਕ ਵੀਡੀਓ ਸੀ ਪੰਜਾਬ ਦੀਆਂ ਉਪ ਬੋਲੀਆਂ, ਉਹਦੇ ਵਿੱਚ ਡਿਸਕਸ ਕੀਤਾ ਗਿਆ ਸੀ। ਠੀਕ ਹੈ ਜੀ। ਮਾਝੇ ਵਾਲਾ ਜੋ ਏਰੀਆ ਹੈ ਦੈਟ ਇਜ਼ ਗੁਰਦਾਸਪੁਰ, ਅੰਮ੍ਰਿਤਸਰ, ਪੱਟੀ, ਬਾਰਡਰ ਏਰੀਆਜ਼ ਜਿੰਨੇ ਵੀ ਨੇ ਉਹ ਸਾਰੇ ਮਾਝੇ ਏਰੀਏ ਵਿੱਚ ਆਉਂਦੇ ਨੇ ਪੰਜਾਬ ਦੇ। ਇੱਕ ਕੁਸ਼ਚਨ ਹੈ ਜੀ, ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ। ਬਹੁਤ ਈਜ਼ੀ ਸੀ ਇਹ, ਗੁਰਮੁਖੀ ਲਿਪੀ ਹੈ ਜੀ ਪੰਜਾਬੀ ਦੀ, ਅਤੇ ਦੇਵਨਾਗਰੀ ਹੈ ਹਿੰਦੀ ਦੀ, ਰੋਮਨ ਹੈ ਇੰਗਲਿਸ਼ ਦੀ। ਠੀਕ ਹੈ ਜੀ। ਨੈਕਸਟ ਇਜ਼, ਕਿਸੇ ਭਾਸ਼ਾ ਨੂੰ ਪੜ੍ਹਨ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਸਮੂਹ ਨੂੰ ਕੀ ਆਖਿਆ ਜਾਂਦਾ ਹੈ। ਤਾਂ ਇਹਦਾ ਰਾਈਟ ਆਂਸਰ ਆਉਣਾ ਸੀ ਜੀ ਡੀ, ਵਿਆਕਰਨ। ਇਹ ਵੀ ਮੈਂ ਡਿਸਕਸ ਕੀਤਾ ਹੋਇਆ ਕਿਸੇ ਵੀਡੀਓ ਦੇ ਵਿੱਚ, ਇਹ ਸਾਰੇ ਕੁਸ਼ਚਨ ਹੀ ਕੀਤੇ ਹੋਏ ਨੇ। ਪੰਜਾਬ ਦੀਆਂ ਹੂੰਠੀ ਧੁਨੀਆਂ ਕਿਹੜੀਆਂ ਹਨ। ਤਾਂ ਉਹ ਹਨ ਪੱਪਾ, ਫੱਫਾ, ਬੱਬਾ, ਪੱਬਾ, ਮਤਲਬ ਜਿਨ੍ਹਾਂ ਨੂੰ ਬੋਲਦੇ ਹੋਏ ਜੋ ਹੋਠਾਂ ਦੀ ਮੂਵਮੈਂਟ ਹੁੰਦੀ ਹੈ ਉਹਨਾਂ ਨੂੰ ਹੂੰਠੀ ਧੁਨੀਆਂ ਕਿਹਾ ਜਾਂਦਾ ਹੈ। ਨੈਕਸਟ ਹੈ ਜੀ, ਟੈਂਕਾ ਕੀ ਹੈ। ਟੈਂਕਾ ਇੱਕ ਵਿਅੰਜਨ ਹੈ। ਨੈਕਸਟ ਹੈ ਜੀ, ਅਫਸੋਸ ਕਿਹੜੀ ਕਿਸਮ ਦਾ ਵਿਸਮਿਕ ਹੈ। ਤਾਂ ਇਹ ਸ਼ੋਕ ਵਾਚਕ ਵਿਸਮਿਕ ਹੈ। ਠੀਕ ਹੈ ਜੀ। ਸ਼ੋਕ ਪ੍ਰਗਟ ਕਰਨ ਲਈ ਜੋ ਯੂਜ਼ ਕੀਤਾ ਜਾਂਦਾ। ਨੈਕਸਟ ਹੈ ਜੀ, ਤਿਰਕਾਲਾ ਸ਼ਬਦਾਂ ਦਾ ਸ਼ਬਦ ਦਾ ਸਮਾਨਾਰਥਕ ਸ਼ਬਦ ਕੀ ਹੈ। ਤਾਂ ਇਹਦਾ ਰਾਈਟ ਆਂਸਰ ਆਏਗਾ ਸ਼ਾਮ। ਅੰਮ੍ਰਿਤ ਵੇਲਾ ਮੋਰਨਿੰਗ ਨੂੰ ਕਿਹਾ ਜਾਂਦਾ, ਅਰਲੀ ਮੋਰਨਿੰਗ ਨੂੰ, ਸਵੇਰ ਮੋਰਨਿੰਗ ਨੂੰ ਕਿਹਾ ਜਾਂਦਾ। ਠੀਕ ਹੈ ਜੀ। ਨੈਕਸਟ ਹੈ, ਮਹਾਤਮਾ ਵਿੱਚ ਕਿਹੜੇ ਅਗੇਤਰ ਦੀ ਵਰਤੋਂ ਕੀਤੀ ਗਈ ਹੈ। ਤਾਂ ਇਹਦਾ ਰਾਈਟ ਆਂਸਰ ਆਏਗਾ ਡੀ, ਮਹਾ। ਨੈਕਸਟ ਹੈ ਜੀ, ਕਾਵਿ ਸੂਤਰਾਂ ਦਿੱਤੀਆਂ ਹੋਈਆਂ ਸੀ ਅਤੇ ਉਹਨਾਂ ਦੇ MCQ ਸੀ, ਆਪਾਂ ਡਿਸਕਸ ਕਰ ਲੈਂਦੇ ਹਾਂ। ਲੇਖਕ ਕਿਸ ਚੀਜ਼ ਨੂੰ ਆਵਾਜ਼ ਮਾਰਦਾ ਹੈ। ਤਾਂ ਇਹਦਾ ਰਾਈਟ ਆਂਸਰ ਸੀ ਬੀ, ਪੁਰਾਣੇ ਪੰਜਾਬ ਨੂੰ। ਨੈਕਸਟ ਹੈ, ਸੱਜ ਵਿਆਹੀਆਂ ਦੀ ਕਿਹੜੀ ਚੀਜ਼ ਗੁਆਚ ਗਈ ਸੀ। ਇਹਦਾ ਰਾਈਟ ਆਂਸਰ ਹੈ ਜੀ ਸੀ, ਆਦਰ, ਸ਼ਿੰਗਾਰ ਅਤੇ ਸੰਭਾਰ। ਅਣ ਟੁੱਟ ਤੋਂ ਕੀ ਭਾਵ ਹੈ, ਮਤਲਬ ਨਾ ਟੁੱਟਣ ਵਾਲਾ। ਨੈਕਸਟ ਹੈ ਜੀ, ਇਹ ਕਵਿਤਾ ਕਿਸ ਦੀ ਲਿਖੀ ਹੋਈ ਹੈ। ਤਾਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਲਿਖੀ ਹੋਈ ਹੈ।
ਜਿੱਥੋਂ ਤੱਕ ਕਿ ਮੈਨੂੰ ਲੱਗਦਾ। ਨੈਕਸਟ ਹੈ ਜੀ, ਗੰਭੀਰ ਦਾ ਅਰਥ ਕੀ ਹੈ? ਗੰਭੀਰ ਦਾ ਅਰਥ ਹੈ ਸੰਜੀਦਾ, ਠੀਕ ਹੈ ਜੀ। ਨੈਕਸਟ ਹੈ, ਕਿਹੜੇ ਦੋ ਰੁੱਖਾਂ ਦਾ ਵਰਣਨ ਹੈ? ਦੈਟ ਇਜ਼ ਬੋਰਡ ਪਿੱਪਲ, ਸੀ ਜੋ ਹੈ ਰਾਈਟ ਆਂਸਰ ਹੈ। ਜੁੱਤੀਆਂ ਕਿਸ ਤਰ੍ਹਾਂ ਦੀਆਂ ਹਨ? ਤਿੱਲੇਦਾਰ। ਡਾਇਰੈਕਟ ਕੁਸ਼ਚਨ ਹੀ ਪੁੱਛੇ ਗਏ ਸੀ, ਸਭ ਦੇ ਆਂਸਰ ਈਜ਼ੀਲੀ ਮਿਲ ਰਹੇ ਸੀ। ਸੋ ਇਹ ਸੀ ਜੀ ਤੁਹਾਡਾ ਜੋ ਪੰਜਾਬੀ ਵਾਲਾ ਸੈਕਸ਼ਨ ਸੀ। ਅਤੇ ਅਗਰ ਤੁਹਾਨੂੰ ਲੱਗਦਾ ਕਿ ਕੋਈ ਆਂਸਰ ਮੈਂ ਨਹੀਂ ਸਹੀ ਦਿੱਤਾ ਤਾਂ ਤੁਸੀਂ ਨੀਚੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ। ਬਾਕੀ ਜਦੋਂ ਅਫੀਸ਼ੀਅਲ ਆਂਸਰ ਕੀ ਆ ਜਾਏਗੀ ਤਾਂ ਫਿਰ ਜੋ ਹੈ ਆਪਾਂ ਮੈਚ ਕਰ ਲਾਂਗੇ ਦੁਬਾਰਾ, ਠੀਕ ਹੈ ਜੀ। ਸੋ ਹੋਪ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਥੈਂਕ ਯੂ, ਥੈਂਕਸ ਫੋਰ ਵਾਚਿੰਗ, ਆਲ ਦਾ ਬੈਸਟ।